अस्सलाम वालेकुम। मेरा नाश्ता बन रहा है, गैस ख़त्म हुई सी तो इन्होंने हुन दोबारा टॉप अप किया, तो हुन ऑन हुई है। अंडे मेरे ख़त्म हुए, इन्हें तो लिया नहीं नहीं हो रहे। अब फिर बगैर अंडिया तो नाश्ता होएगा। तो रोस्ट वाल जिहड़ा मैं मसाला ला के रखा सी ना, ਪੈਰੀ ਪੈਰੀ ਮਸਾਲਾ ਲਾਇਆ ਸੀ ਚਿਕਨ ਨੂੰ, ਉਹ ਮੈਂ ਹੁਣ ਕੱਢਿਆ ਸੁਬਹਾ ਦੇ ਟਾਈਮ, ਅਤੇ ਫਿਰ ਹੁਣ ਹੌਲੀ ਹੌਲੀ ਮੈਲਟ ਹੋਈਏਗਾ ਅਤੇ ਫਿਰ ਇਹਦਾ ਬਣਾਵਾਂਗੀ ਰੋਸਟ। ਦੋ ਹੀ ਬ੍ਰੈਡਾਂ ਬਣਾਈਆਂ ਨੇ ਅੱਜ, ਆ ਦਿਨ ਮੈਂ ਨਹੀਂ ਖਾਣੀ। ਅਤੇ ਸਾਡਾ ਡਿਸ਼ ਵਾਸ਼ਰ ਨਿਕਲ ਗਿਆ, ਅਤੇ ਜੁਮੇ ਵਾਲੇ ਦਿਨ ਨਵਾਂ ਇਨਸ਼ਾਅੱਲਾ ਆ ਜਾਏਗਾ। ਅਤੇ ਫਿਰ ਭਾਂਡੇ ਹੁਣ ਹੱਥ ਨਾਲ ਹੀ ਧੋਣੇ ਪੈਣੇ ਨੇ। ਕੱਲ੍ਹ ਅਸੀਂ ਬਾਹਰ ਚਲੇ ਗਏ ਹਾਂ ਡਿਸ਼ ਵਾਸ਼ਰ ਲੈਣ ਵਾਸਤੇ, ਫਿਰ ਉੱਧਰੋਂ ਇਹਨਾਂ ਦੀ ਕੁੜੀਆਂ ਦੀ ਚਾਚੀ ਨੇ ਬੁਲਾ ਲਿਆ, ਉੱਧਰ ਚਲੇ ਗਏ। ਫਿਰ ਉੱਧਰੋਂ ਆਏ ਹਾਂ ਰਾਤੀ ਲੇਟ ਹੀ 12:30 ਵਜੇ, ਤਾਂ ਫਿਰ ਭਾਂਡੇ ਤੋਂ ਟਾਈਮ ਹੀ ਨਹੀਂ ਮਿਲਿਆ। ਅਤੇ ਹੁਣ ਗੈਸ ਵਾਲੇ ਨੇ ਆਉਣਾ ਚੈੱਕ ਕਰਨ ਵਾਸਤੇ, ਇੱਥੇ ਸਾਲ ਬਾਅਦ ਗੈਸ ਵਾਲੇ ਚੈੱਕ ਕਰਦੇ ਨੇ ਪੂਰਾ, ਪੂਰੇ ਘਰ ਦੀ ਗੈਸ ਦਾ ਕਨੈਕਸ਼ਨ ਜਿਹੜਾ ਨਾ, ਇਹ ਸਾਰਾ ਕੁਝ ਸਹੀ ਚੱਲਦਾ ਪਿਆ। ਅਤੇ ਉਹਨੇ ਆਉਣਾ, ਤਾਂ ਮੈਂ ਹੁਣ ਨਾਸ਼ਤਾ ਕਰਕੇ ਜਿੱਦੀ ਨਾਲ ਭਾਂਡੇ ਧੋ ਲਵਾਂ। ਅੱਜ ਮਸ਼ੀਨ ਵਾਲੇ ਨੇ ਵੀ ਆਉਣਾ ਮਸ਼ੀਨ ਚੁੱਕਣ ਵਾਸਤੇ, ਡਿਸ਼ ਵਾਸ਼ਰ, ਅਤੇ ਨਵੀਂ ਤਾਂ ਆਏਗੀ ਹਾਲੀ 2 ਦਿਨ ਹੈ ਨੇ। ਅਤੇ ਡਿਸ਼ ਵਾਸ਼ਰ ਅੱਜ ਚੁੱਕ ਕੇ ਲਾਈ ਹੈ ਨਹੀਂ ਉਹਨਾਂ ਨੇ ਪਹਿਲੇ ਵਾਲੀ। ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ, ਜਿਹਨਾਂ ਨਹੀਂ ਕੀਤਾ। ਤਾਂ ਮੈਂ ਬਣਾ ਰਹੀ ਹਾਂ ਚਾਏ, ਚਾਏ ਮੈਨੂੰ ਬੜੀ ਸੁਬਹਾ ਦੇ ਟਾਈਮ ਬੜੀ ਮਜ਼ੇ ਦੀ ਲੱਗਦੀ, ਬਲਕਿ ਸਾਰਿਆਂ ਨੂੰ ਹੀ ਲੱਗਦੀ ਹੋਏਗੀ। ਫੇਵਰਟ, ਸਭ ਦੀ ਫੇਵਰਟ ਚਾਏ ਨਾਸ਼ਤੇ 'ਚ। ਚਾਹ ਨਾ ਹੋਏ ਤਾਂ ਪਤਾ ਨਹੀਂ ਲੱਗਦਾ ਕੁਝ, ਅਰੇ ਕੀ ਹੋ ਗਿਆ, ਸਾਡੇ ਘਰ ਚਾਹ ਨਹੀਂ ਅੱਜ ਬਣੀ। ਇਸ ਵਜ੍ਹਾ ਤੋਂ ਚਾਏ ਤਾਂ ਮੈਂ ਹੁਣ ਲੇਟ ਹੀ ਸੀ, ਮੈਂ ਕਿਹਾ ਹਿੰਮਤ ਕਰਕੇ ਬਣਾ ਹੀ ਲਵਾਂ, ਦਿਲ ਕਰਨ ਡਿਆ ਸੀ ਹੁਣੇ ਲੱਭ ਜਾ ਚਾਹ, ਮੈਂ ਕਿਹਾ ਮੈਂ ਆਪੇ ਹੀ ਬਣਾਉਣੀ ਹੈ ਤਾਂ ਉੱਠ ਹੀ ਜਾਵਾਂ। ਇਹ ਚੱਲੇ ਸਨ ਕੰਮ 'ਤੇ, ਅਤੇ ਮੈਂ ਇਹ ਨਾ ਹੋਏ ਇੰਝ ਹੀ ਨਿਕਲ ਜਾਣ, ਤਾਂ ਮੈਂ ਬਣਾ ਇਹਨਾਂ ਨੂੰ ਵੀ ਦੇਵਾਂ ਅਤੇ ਆਪੇ ਵੀ ਪੀਵਾਂ। ਚਾਹ ਉਬਲਣ ਲੱਗ ਪਈ ਹੈ, ਚਾਹ ਉਬਲਣ ਲੱਗ ਪਈ ਹੈ, ਅਤੇ ਹੁਣ ਮੈਂ ਜ਼ਰਾ ਨਾਸ਼ਤਾ ਅਸੀਂ ਕਰਕੇ ਅਤੇ ਫਿਰ ਮੈਂ ਬਾਕੀ ਵੀਡੀਓ ਬਣਾਉਣੀ ਹੈ। ਅਤੇ ਮੇਰੀ ਰੈਸਪੀ ਹੋਣ ਲੱਗੀ ਹੈ ਸਟਾਰਟ, ਲੱਗੀ ਹੈ ਚੁੱਲ੍ਹੇ ਉੱਪਰ ਬਣਾਉਣ। ਕੁਕਿੰਗ ਓਇਲ ਥੋੜ੍ਹਾ ਜਿਹਾ ਵਿੱਚ ਪਾ ਕੇ, ਪਹਿਲੇ ਮੈਂ ਉਹਦੇ 'ਚ ਨਹੀਂ ਪਾਇਆ, ਅਤੇ ਬਸ ਥੋੜ੍ਹਾ ਜਿਹਾ ਪਾਉਣਾ, ਬਿਲਕੁਲ ਵੈਸੇ ਵੀ ਮੈਂ ਘੱਟ ਹੀ ਇਸਤੇਮਾਲ ਕਰਨੀ ਆ। ਅਤੇ ਹੁਣ ਮੈਂ ਇਹ ਚਿਕਨ ਥੋੜ੍ਹਾ ਪਤੀਲਾ ਗਰਮ ਹੋਏ ਅਤੇ ਚਿਕਨ ਵਿੱਚ ਸੱਟਾਂ। ਸਾਰਾ ਚਿਕਨ ਜਿਹੜਾ ਨਾ ਅਲੱਗ ਅਲੱਗ ਕਰ ਲਏ ਨੇ ਪੀਸ, ਬਰਫ਼ ਜੰਮੀ ਸੀ ਇਸ ਤਰ੍ਹਾਂ, ਜੇ ਮੈਂ ਨਾ ਖੋਲਦੀ ਤਾਂ ਫਿਰ ਇਹਨਾਂ ਨੇ ਇਸ ਤਰ੍ਹਾਂ ਜੁੜ ਜਾਣਾ ਸੀ ਅਤੇ ਫਿਰ ਖੁੱਲ੍ਹਣਾ ਨਹੀਂ ਸੀ। ਪਹਿਲੇ ਖੋਲ੍ਹ ਲਓ ਨਾ ਫਿਰ ਸਹੀ ਰਹਿੰਦਾ। ਇਹ ਹੁਣ ਫੁੱਲ ਲਾਂਚ 'ਤੇ ਤੇਜ਼ ਅੱਗ 'ਤੇ ਮੈਂ ਨਾ ਇਹਨੂੰ ਪਹਿਲੇ ਮੈਂ ਕਰਾਂਗੀ, ਸਹੀ ਤਰ੍ਹਾਂ ਭੁੰਨਾਂਗੀ, ਪਾਣੀ ਛੱਡਣਗੇ ਆਪਣਾ। ਜੇ ਹੁਣ ਹੀ ਮੈਂ ਅੱਗ ਹਲਕੀ ਕਰ ਦਿੱਤੀ ਇਹਨਾਂ ਦਾ ਫਿਰ ਖਰਾਬ ਹੋਈ ਹੈ ਨਾ, ਤੇਜ਼ ਅੱਗ 'ਤੇ ਨਾ ਇਹਨੂੰ ਬਚਾਲਾ, ਤੇਜ਼ ਆਂਚ 'ਤੇ ਨਾ ਇਹਨੂੰ ਫਿਰ ਸਹੀ ਤਰ੍ਹਾਂ ਕਰਨਾ, ਐਂ ਜੀ ਇਹਨੂੰ ਸਹੀ ਤਰ੍ਹਾਂ ਭੁੰਨ ਕੇ ਨਾ, ਅਤੇ ਫਿਰ ਬਾਅਦ ਵਿੱਚ ਉਹ ਨਾ ਤਾਂ ਢੱਕਣ ਦੇ ਕੇ ਰੱਖ ਦੇਣਾ, ਫਿਰ ਇਹ ਪਾਣੀ ਛੱਡੇਗਾ ਅਤੇ ਉਸੇ ਪਾਣੀ 'ਚ ਗਲ ਜਾਏਗਾ, ਪਾਣੀ ਆਪਣਾ ਬਿਲਕੁਲ ਨਹੀਂ ਪਾਉਣਾ, ਸਟੀਮ ਦੇ ਵਿੱਚ ਸਾਰਾ ਕੁਛ ਹੋਏਗਾ। ਭੁੰਨਣ ਲੱਗੀ ਹਾਂ ਤਾਂ ਨਾਲ ਨਾਲ ਪਾਣੀ ਛੱਡਣ ਲੱਗੇ ਹਨ, ਚਿਕਨ ਪਾਣੀ ਵੀ ਛੱਡਦਾ। ਬਸ ਹਾਲੀ ਮੈਂ ਜ਼ਰਾ ਹੋਰ ਥੋੜ੍ਹਾ ਜਿਹਾ ਭੁੰਨਾਂਗੀ ਅਤੇ ਫਿਰ ਇਹਨੂੰ ਮੈਂ
ਢੱਕਣ ਦੇ ਕੇ ਤੇ ਰੱਖ ਦੇਵਾਂਗੇ। ਬੱਚੇ ਸਾਲਣ 'ਚ ਸਹੀ ਤਰ੍ਹਾਂ ਬੋਟੀ ਖਾਂਦੇ ਨਹੀਂ ਹੈਗੇ, ਇਸ ਤਰ੍ਹਾਂ ਬਣਾ ਕੇ ਦਿੰਦੀ ਹਾਂ ਤਾਂ ਬੜੇ ਸ਼ੌਕ ਨਾਲ ਖਾਂਦੀਆਂ, ਦੁੱਧ ਖਾ ਲੈਂਦੀਆਂ। ਮੈਂ ਫਿਰ ਇਸ ਤਰ੍ਹਾਂ ਹੀ ਬਣਾ ਦਿੰਦੀ ਹੁੰਦੀ ਹਾਂ, ਲੈਂਦੀ ਹਾਂ ਚਲੋ ਖਾਣ ਤਾਂ ਸਹੀ, ਸਾਲਣ ਵਿੱਚ ਫਿਰ ਨਹੀਂ ਖਾਂਦੀਆਂ ਅਤੇ ਫਿਰ ਜ਼ਾਇਆ ਕਰਦੀਆਂ। ਇਹ ਤਰੀਕਾ ਸਹੀ ਹੈ ਬੱਚਿਆਂ ਨੂੰ ਖਵਾਉਣ ਦਾ। ਭੁੰਨ ਲਿਆ ਜਿੰਨਾ ਭੁੰਨਣਾ ਸੀ, ਹੁਣ ਮੈਂ ਢੱਕਣ ਲਾ ਕੇ ਰੱਖਣ ਲੱਗੀ ਹਾਂ, ਮੀਡੀਅਮ ਆਗ 'ਤੇ ਰੱਖਾਂਗੀ ਤਾਂ ਕਿ ਪਾਣੀ ਜੇ ਛੱਡਣ ਅਤੇ ਨਾਲ ਨਾਲ ਡਰਾਈ ਵੀ ਹੁੰਦਾ ਜਾਏ। ਚਿਕਨ ਨੇ ਪਾਣੀ ਛੱਡ ਦਿੱਤਾ, ਹੁਣ ਫਿਰ ਇਹਨੂੰ ਤੇਜ਼ ਆਂਚ 'ਤੇ ਨਾ ਚੰਗੀ ਤਰ੍ਹਾਂ ਫਿਰ ਮੈਂ ਪਾਣੀ ਸੁਕਾਉਣਾ ਵੀ ਅਤੇ ਨਾਲ ਭੁੰਨਾ ਵੀ ਫਿਰ ਦੁਬਾਰਾ। ਚਿਕਨ ਰੈਡੀ ਹੋ ਗਿਆ ਅਤੇ ਹੁਣ ਮੈਂ ਇਹਨੂੰ ਡਿਸ਼ ਆਊਟ ਕਰਨ ਲੱਗੀ ਹਾਂ। ਇਸ ਤਰ੍ਹਾਂ ਜਲਦੀ ਬਣ ਜਾਂਦਾ, ਰੋਸਟ ਵੀ ਮਜ਼ੇ ਦਾ ਲੱਗਦਾ, ਇਹ ਵੀ ਬਹੁਤ ਮਜ਼ੇ ਦਾ ਲੱਗਦਾ। ਸਾਨੂੰ ਇਹ ਜ਼ਿਆਦਾ ਪਸੰਦ ਹੈ, ਰੋਸਟ ਵੀ ਪਸੰਦ ਹੈ ਲੇਕਿਨ ਰੋਟੀ ਦੇ ਨਾਲ ਨਾ ਇਹ ਬੜਾ ਮਜ਼ੇ ਦਾ ਲੱਗਦਾ। ਅਤੇ ਇਹ ਥੋੜ੍ਹਾ ਜਿਹਾ ਮਸਾਲਾ ਰੱਖਾਂਗੀ, ਠੰਡਾ ਹੋਏਗਾ ਅਤੇ ਹੋਰ ਡਰਾਈ ਹੋ ਜਾਣਾ, ਥਿੱਕ ਹੋ ਜਾਣਾ ਇਹਨੇ, ਅਤੇ ਅਸੀਂ ਰੋਟੀ ਵੀ ਖਾਣੀ ਇਹਦੇ ਨਾਲ। ਅਤੇ ਸੋਚਿਆ ਤਾਂ ਥੋੜ੍ਹਾ ਜਿਹਾ ਸ਼ੋਰਬਾ ਜਿਹਾ ਰੱਖਾਂਗੀ ਮੈਂ ਤਾਂ ਕਿ ਸਹੀ ਤਰ੍ਹਾਂ ਰੋਟੀ ਵੀ ਖਾਧੀ ਜਾਏ ਅਤੇ ਚਿਕਨ ਦੀਆਂ ਬੋਟੀਆਂ ਤਾਂ ਬੱਚੇ ਖਾ ਲੈਣਗੇ ਅਤੇ ਅਸੀਂ ਸਾਲਣ ਰੋਟੀ ਦੇ ਨਾਲ ਹੈ ਜ਼ਰਾ ਸ਼ੋਰਬਾ ਜਿਹਾ ਹੋ ਜਾਵੇ। ਮੈਂ ਹੁਣ ਕੱਢਾਂ ਇਹਦੇ ਵਿੱਚ ਰੋਟੀਆਂ ਬਣਾਵਾਂ ਨਾਲ, ਆਟਾ ਗੁੰਨ ਲਿਆ ਮੈਂ ਪਹਿਲੇ, ਲੈ ਕੇ ਆਈ ਹਾਂ ਮੈਂ ਹੈਂਡ ਮਿਕਸਰ, ਬੜਾ ਜ਼ਬਰਦਸਤ ਅਤੇ ਪੂਰਾ ਸੈੱਟ ਇਹ ਵਾਲਾ। ਮੈਂ ਤਾਂ ਖਾਲੀ ਹੈਂਡ ਮਿਕਸਰ ਸਮਝ ਕੇ ਲਿਆ ਸੀ ਅਤੇ ਜਦੋਂ ਫਿਰ ਉਹਨੇ ਵਿਖਾਇਆ ਡੱਬਾ ਅਤੇ ਉਦੋਂ ਫਿਰ ਵੇਖਿਆ ਅਤੇ ਨਾਲ ਇਹ ਵੀ ਪਾਰਟਸ ਵੀ ਨੇ ਅਤੇ ਮੈਨੂੰ ਫਿਰ ਬੜਾ ਪਸੰਦ ਆਇਆ। ਮੈਂ ਕਿਹਾ ਇਹ ਤਾਂ ਉਹ ਕੰਮ ਸਹੀ ਹੋ ਗਿਆ, ਸਾਰਾ ਸੈੱਟ ਇਕੱਠਾ ਹੀ ਲੱਭ ਗਿਆ। ਇਹ ਵੀ ਮੈਨੂੰ ਚਾਹੀਦਾ ਸੀ ਚੋਪਰ ਵੀ, ਅਤੇ ਚਲੋ ਜੀ ਇਹ ਵੀ ਨਾਲ ਮਿਲ ਗਿਆ। ਹੁਣ ਜ਼ਰਾ ਮੈਂ ਖੋਲ੍ਹਣੀ ਹਾਂ ਇਹਨਾਂ ਨੂੰ। ਵਾਹ ਜੀ ਵਾਹ, ਇਹ ਤਾਂ ਪੂਰਾ ਸੈੱਟ ਹੈ, ਮੈਨੂੰ ਤਾਂ ਬੜਾ ਪਸੰਦ ਆਉਣ ਡਿਆ, ਮਾਸ਼ਾ ਅੱਲਾ। ਆਈ 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 ਟੁੱਟੀ ਨਾ, ਇਹਦੇ ਅੰਦਰ ਵੀ ਛੁਰੀਆਂ ਲੱਗੀਆਂ ਅਤੇ ਇਹਦੇ ਨਾਲ ਬੁੱਕਸ ਨੇ, ਇਹਦਾ ਢੱਕਣ, ਇਹ ਵੱਖਰਾ ਹੈ, ਦਾਨੀ ਸਾਛੇ ਵਾਲਾ ਇੱਕੋ ਵਾਰੀ ਲਵਾਂ ਕਿਉਂਕਿ ਥੋੜ੍ਹਾ ਹਲਕਾ ਵਾਲਾ ਜਿਹੜਾ ਨਾ ਉਹ ਬਾਰ ਬਾਰ ਉਹ ਪਤਾ ਨਹੀਂ ਸਹੀ ਤਰ੍ਹਾਂ ਫਿਰ ਹੁੰਦਾ ਹੀ ਨਹੀਂ ਹੈਗਾ, ਕਰਨੀ ਆ ਉਹ ਜਦੋਂ ਬਲੈਂਡਰ ਤਾਂ ਕੋਈ ਨਹੀਂ ਸਹੀ ਤਰ੍ਹਾਂ ਜਿਹੜੇ ਹਲਕਾ ਤਾਂ ਨਹੀਂ, ਉਹ ਵੀ 20 ਪਾਊਂਡ ਦਾ ਲਿਆਂਦਾ ਹੈ, ਉਹ ਪਤਾ ਨਹੀਂ ਉਹਨੂੰ ਕੀ ਹੈ। ਵਾਹ ਜੀ ਇਹ ਬੜਾ ਪਿਆਰਾ ਨਿੱਕਾ ਜਿਹਾ ਕਿਊਟੀ ਛੁਰੀਆਂ ਇਹਦੇ 'ਚ, ਇਹ ਮੇਰਾ ਹੈਲ ਇਹਦੇ ਨਾਲ ਲੱਗਣਗੀਆਂ। ਅੱਛਾ ਜੀ ਇਹ ਤਾਂ ਮੈਨੂੰ ਬੜਾ ਪਸੰਦ ਆਇਆ, ਇਹਦੇ ਵਾਸਤੇ ਇਹਨਾਂ ਨੇ ਦੋ ਦਿੱਤੇ ਬਲੇਡ, ਇੱਕ ਇਹ ਵਾਲਾ, ਇੱਕ ਥੋੜ੍ਹਾ ਜਿਹਾ ਜਿਸ ਤਰ੍ਹਾਂ ਡਿਜ਼ਾਇਨ ਵਾਲਾ ਅਤੇ ਇੱਕ ਉਹਨਾਂ ਨੇ ਦਿੱਤਾ ਸਹੀ ਚੋਪਰ ਜਿਸ ਤਰ੍ਹਾਂ ਚੋਪ ਕਰਨ ਵਾਲਾ, ਅਤੇ ਇਹ ਦੋ ਹੋ ਗਏ ਇਹਦੇ ਬਲੇਡ। ਮੈਂ ਨਹੀਂ ਸਪਈ ਇਹ ਬਲੇਡ ਉਹਨਾਂ ਨੇ ਕਿਉਂ ਦਿੱਤੇ ਨੇ, ਤਾਂ ਹੁਣ ਮੈਂ ਡੱਬੇ ਤੋਂ ਵੇਖੇ ਨੇ ਅਤੇ ਦੋ ਬਲੇਡ ਉਹਨਾਂ ਨੇ ਦਿੱਤੇ ਨੇ ਇਸ ਜੱਗ ਵਾਸਤੇ, ਅਤੇ ਇਹ ਦਿੱਤਾ ਨੇ ਇਹਦੇ ਵਾਸਤੇ ਮਿਕਸ ਕਰਨ ਵਾਸਤੇ ਅੰਡਾ ਵਗੈਰਾ, ਅਤੇ ਇਹ ਮਿਨੀ ਚੋਪਰ, ਇਹ ਛੋਟਾ ਜਿਹਾ ਚੋਪਰ ਹੈ,
ਅਤੇ ਇਹ ਹੈਗਾ ਏ ਹੈਂਡ, ਮੈਨੂੰ ਜ਼ਿਆਦਾ ਇਹਦੀ ਜ਼ਰੂਰਤ ਸੀ ਵੈਸੇ, ਇਹ ਚੀਜ਼ਾਂ ਤਾਂ ਮੇਰੇ ਕੋਲ ਪਹਿਲੇ ਵੀ ਹੈ ਸਨ ਅਤੇ ਮੈਨੂੰ ਇਹ ਚਾਹੀਦਾ ਸੀ, ਅਤੇ ਫਿਰ ਉਹ ਨਾਲ ਵੱਖਰੇ ਮਿਲ ਗਏ ਨੇ। ਵਾਹ, ਬੜਾ ਅੱਛਾ ਹੋ ਗਿਆ ਇਹਦਾ ਢੱਕਣ। ਇੱਕ ਮਸ਼ੀਨ ਦੇ ਨਾਲ ਇਹ ਸਾਰੇ ਪਾਰਟਸ ਮਿਲੇ, ਮਸ਼ੀਨ ਇੱਕ ਹੀ ਹੈ ਬਸ, ਅਤੇ ਮੈਨੂੰ ਬੜਾ ਪਸੰਦ ਆਇਆ ਮਾਸ਼ਾਅੱਲਾ। ਇਹਦਾ ਢੱਕਣ ਹੈ, ਇਹ ਵੱਖਰੇ ਦੋ ਨਾਲ ਮਿਲ ਗਏ। ਐਕਸਟਰਾ ਚੀਜ਼ਾਂ ਹੁਣ ਸੰਭਾਲਣੀਆਂ ਪੈਣੀਆਂ ਨੇ ਕਿਉਂਕਿ ਮੈਨੂੰ ਸਿਰਫ ਜ਼ਿਆਦਾ ਇਹੀ ਚਾਹੀਦਾ ਹੁੰਦਾ, ਅਤੇ ਉਹ ਹੁਣ ਚਲੋ ਆ ਗਏ ਨੇ। ਮਸਾਲੇ ਵਗੈਰਾ ਪੀਸਣ ਵਾਸਤੇ ਵੀ ਠੀਕ ਹੈ, ਇਹ ਵੀ ਮੈਨੂੰ ਚਾਹੀਦਾ ਹੁੰਦਾ ਵੈਸੇ, ਇਹ ਤਾਂ ਹੁੰਦਾ ਹੈ ਉਹ ਅਦਰਕ ਲਸਣ ਵਗੈਰਾ ਪੀਸਣ ਵਾਸਤੇ, ਇਹ ਵੀ ਚਾਹੀਦਾ ਸੀ। ਅਤੇ ਇਹ ਦੋ ਜਿਹੜੀਆਂ ਨਾ ਇਹ ਚੀਜ਼ਾਂ ਇਹ ਐਕਸਟਰਾ ਆ ਗਈਆਂ, ਚਲੋ ਖੈਰ ਹੀ ਹੈ, ਰੱਖ ਦਿੰਦੀ ਹਾਂ, ਕੰਮ ਆ ਹੀ ਜਾਣਗੀਆਂ। ਅਤੇ ਬਾਕੀ ਹੁਣ ਮੈਂ ਕਰਾਂ ਇਹਨੂੰ ਰੱਖਾਂ ਵਾਪਸ ਆਪਣੀ ਆਪਣੀ ਜਗ੍ਹਾ 'ਤੇ।